ਚੇਨ ਸਨੈਚਿੰਗ ਦੀ ਵਾਰਦਾਤ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ। ਤਸਵੀਰਾਂ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਗਲੀ ਦੇ ਵਿੱਚ ਦੋ ਔਰਤਾਂ ਖੜੀਆਂ ਨਜ਼ਰ ਆ ਰਹੀਆਂ ਨੇ ਅਤੇ ਇੱਕ ਸਕੂਟੀ ਦੇ ਉੱਤੇ ਬੈਠੀ ਹੈ, ਜਿਸ ਦੇ ਮਗਰ ਇੱਕ ਲੜਕੀ ਬੈਠੀ ਹੈ ਅਤੇ ਇੱਕ ਬੱਚਾ ਇਸ ਸਕੂਟਰੀ ਤੋਂ ਉੱਤਰ ਕੇ ਆਪਣੀ ਮਾਂ ਦੇ ਕੋਲ ਜਾਂਦਾ ਹੈ। ਪਰ ਇੰਨੇ ਦੇ ਵਿੱਚ ਪਿੱਛੋਂ ਆਏ ਇੱਕ ਮੂੰਹ ਬੰਨ ਕੇ ਲੁਟੇਰੇ ਦੇ ਵੱਲੋਂ ਪਹਿਲਾਂ ਤਾਂ ਮੌਕੇ ਦੀ ਤਲਾਸ਼ ਕੀਤੀ ਜਾਂਦੀ ਹੈ। ਸਕੂਟੀ ਸਵਾਰ ਔਰਤ ਤੋਂ ਅੱਗੇ ਨਿਕਲ ਜਾਂਦਾ ਅਤੇ ਫਿਰ ਬਾਅਦ ਦੇ ਵਿੱਚ ਜਦੋਂ ਮੁੜਦਾ ਹੈ ਤਾਂ ਮੁੜਨ ਲੱਗੇ ਔਰਤ ਦੇ ਗਲ ਦੇ ਵਿੱਚੋਂ ਸੋਨੇ ਦੀ ਚੇਨ ਝਪਟ ਕੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਅਤੇ ਘਟਨਾ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਈ ਹੈ। ਹਾਲਾਂਕਿ ਜਦੋਂ ਇਹ ਚੇਨ ਸਨੈਚਿੰਗ ਦੀ ਵਾਰਦਾਤ ਵਾਪਰੀ ਤਾਂ ਉਸ ਸਮੇਂ ਔਰਤਾਂ ਦੇ ਵੱਲੋਂ ਸ਼ੋਰ ਮਚਾਇਆ ਜਾਂਦਾ ਹੈ ਅਤੇ ਇੱਕ ਔਰਤ ਆਪਣੇ ਬੱਚੇ ਦਾ ਬੈਗ ਸੁੱਟ ਕੇ ਉਸਨੂੰ ਫੜਨ ਦੀ ਵੀ ਕੋਸ਼ਿਸ਼ ਕਰਦੀ ਹੈ, ਉਸਦੇ ਪਿੱਛੇ ਭੱਜਦੀ ਹੈ, ਪਰ ਬਾਈਕ 'ਤੇ ਆਏ ਦੋ ਝਪਟਮਾਰ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਅਤੇ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ। ਮੋਹਾਲੀ ਦੇ ਖਰੜ ਦੀ ਇਹ ਵਾਰਦਾਤ ਦੱਸੀ ਜਾ ਰਹੀ ਹੈ, ਜਿੱਥੇ ਕਿ ਦਿਨ ਦਿਹਾੜੇ ਗਲੀ ਦੇ ਵਿੱਚ ਵੜ ਕੇ ਇਸ ਸਨੈਚਿੰਗ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਤਾਂ ਤਸਵੀਰਾਂ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਔਰਤ ਬੱਚਿਆਂ ਨੂੰ ਬਿਠਾ ਕੇ ਸਕੂਲ ਤੋਂ ਵਾਪਸੀ ਕਰ ਰਹੀ ਹੈ ਅਤੇ ਜਿਵੇਂ ਹੀ ਇੱਕ ਬੱਚੇ ਦਾ ਘਰ ਆਉਂਦਾ ਉਹ ਉੱਥੇ ਉਸਨੂੰ ਡ੍ਰੌਪ ਕਰਦੀ ਹੈ ਅਤੇ ਨਾਲ ਹੀ ਜੋ ਉਹ ਬੱਚੇ ਨੂੰ ਡ੍ਰੌਪ ਕਰਦੀ ਹੈ ਤਾਂ ਉਸਦੀ ਮਾਤਾ ਉਸ ਔਰਤ ਦੇ ਨਾਲ ਗੱਲਬਾਤ ਕਰਦੀ ਹੈ। ਪਰ ਇੰਨੇ ਦੇ ਵਿੱਚ ਪਿੱਛੋਂ ਇੱਕ ਸ਼ਖਸ ਆਉਂਦਾ ਮੂੰਹ ਬੰਨ ਕੇ ਦਿਖਾਈ ਦਿੰਦਾ। ਪਹਿਲਾਂ ਤਾਂ ਉਹ ਔਰਤਾਂ ਤੋਂ ਅੱਗੇ ਨਿਕਲ ਜਾਂਦਾ ਅਤੇ ਫਿਰ ਜਿਵੇਂ ਹੀ ਪਿੱਛੇ ਮੁੜਦਾ ਤਾਂ ਚੈਨ ਸਨੈਚ ਕਰਕੇ ਉਸ ਔਰਤ ਦੇ ਗਲ ਦੇ ਵਿੱਚੋਂ ਮੌਕੇ ਤੋਂ ਫਰਾਰ ਹੋ ਜਾਂਦਾ। ਹਾਲਾਂਕਿ ਬਾਈਕ ਦੇ ਉੱਤੇ ਇਹ ਦੋਵੇਂ ਝਪਟਮਾਰ ਆਏ ਸੀ, ਇੱਕ ਨੇ ਆਪਣਾ ਮੂੰਹ ਬੰਨਿਆ ਹੋਇਆ ਕੱਪੜੇ ਨਾਲ ਅਤੇ ਦੂਸਰੇ ਨੇ ਹੈਲਮਟ ਪਾਇਆ ਹੋਇਆ, ਪਰ ਜੋ ਔਰਤ ਸੜਕ ਦੇ ਉੱਤੇ ਖੜੀ ਹੁੰਦੀ ਹੈ ਉਸਦੇ ਵੱਲੋਂ ਭੱਜ ਕੇ ਫੜਨ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ, ਪਰ ਇਹ ਬਾਈਕ ਦੇ ਉੱਤੇ ਬੈਠ ਕੇ ਫਰਾਰ ਹੋ ਜਾਂਦੇ ਨੇ। ਚੇਨ ਸਨੈਚਿੰਗ ਦੀ ਵਾਰਦਾਤ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ। ਤਸਵੀਰਾਂ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਗਲੀ ਦੇ ਵਿੱਚ ਦੋ ਔਰਤਾਂ ਖੜੀਆਂ ਨਜ਼ਰ ਆ ਰਹੀਆਂ ਨੇ ਅਤੇ ਇੱਕ ਸਕੂਟੀ ਦੇ ਉੱਤੇ ਬੈਠੀ ਹੈ, ਜਿਸ ਦੇ ਮਗਰ ਇੱਕ ਲੜਕੀ ਬੈਠੀ ਹੈ ਅਤੇ ਇੱਕ ਬੱਚਾ ਇਸ ਸਕੂਟਰੀ ਤੋਂ ਉੱਤਰ ਕੇ ਆਪਣੀ ਮਾਂ ਦੇ ਕੋਲ ਜਾਂਦਾ। ਪਰ ਇੰਨੇ ਦੇ ਵਿੱਚ ਪਿੱਛੋਂ ਆਏ ਇੱਕ ਮੂੰਹ ਬੰਨ ਕੇ ਲੁਟੇਰੇ ਦੇ ਵੱਲੋਂ ਪਹਿਲਾਂ ਤਾਂ ਮੌਕੇ ਦੀ ਤਲਾਸ਼ ਕੀਤੀ ਜਾਂਦੀ ਹੈ। ਸਕੂਟੀ ਸਵਾਰ ਔਰਤ ਤੋਂ ਅੱਗੇ ਨਿਕਲ ਜਾਂਦਾ ਅਤੇ ਫਿਰ ਬਾਅਦ ਦੇ ਵਿੱਚ ਜਦੋਂ ਮੁੜਦਾ ਹੈ ਤਾਂ ਮੁੜਨ ਲੱਗੇ ਔਰਤ ਦੇ ਗਲ ਦੇ ਵਿੱਚੋਂ ਸੋਨੇ ਦੀ ਚੇਨ ਝਪਟ ਕੇ ਮੌਕੇ ਤੋਂ ਫਰਾਰ ਹੋ ਜਾਂਦਾ ਅਤੇ ਘਟਨਾ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਈ ਹੈ। ਹਾਲਾਂਕਿ ਜਦੋਂ ਇਹ ਚੇਨ ਸਨੈਚਿੰਗ ਦੀ ਵਾਰਦਾਤ ਵਾਪਰੀ ਤਾਂ ਉਸ ਸਮੇਂ ਔਰਤਾਂ ਦੇ ਵੱਲੋਂ ਸ਼ੋਰ ਮਚਾਇਆ ਜਾਂਦਾ ਅਤੇ ਇੱਕ ਔਰਤ ਆਪਣੇ ਬੱਚੇ ਦਾ ਬੈਗ ਸੁੱਟ ਕੇ ਉਸਨੂੰ ਫੜਨ ਦੀ ਵੀ
ਕੋਸ਼ਿਸ਼ ਕਰਦੀ ਹੈ ਉਸਦੇ ਪਿੱਛੇ ਭੱਜਦੀ ਹੈ ਪਰ ਬਾਈਕ ਤੇ ਆਏ ਦੋ ਚਪੜਮਾਰ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤੇ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ। ਮੋਹਾਲੀ ਤੇ ਖਰੜ ਦੀ ਇਹ ਵਾਰਦਾਤ ਦੱਸੀ ਜਾ ਰਹੀ ਹੈ ਜਿੱਥੇ ਕਿ ਦਿਨ ਦਿਹਾੜੇ ਗਲੀ ਦੇ ਵਿੱਚ ਵੜ ਕੇ ਇਸ ਸਨੈਚਿੰਗ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਤਾਂ ਤਸਵੀਰਾਂ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਔਰਤ ਬੱਚਿਆਂ ਨੂੰ ਬਿਠਾ ਕੇ ਸਕੂਲ ਤੋਂ ਵਾਪਸੀ ਕਰ ਰਹੀ ਹੈ ਅਤੇ ਜਿਵੇਂ ਹੀ ਇੱਕ ਬੱਚੇ ਦਾ ਘਰ ਆਉਂਦਾ ਉਹ ਉੱਥੇ ਉਸ ਨੂੰ ਡ੍ਰੌਪ ਕਰਦੀ ਹੈ ਤੇ ਨਾਲ ਹੀ ਜੋ ਉਹ ਬੱਚੇ ਨੂੰ ਡ੍ਰੌਪ ਕਰਦੀ ਹੈ ਤਾਂ ਉਸਦੀ ਮਾਤਾ ਉਸ ਔਰਤ ਦੇ ਨਾਲ ਗੱਲਬਾਤ ਕਰਦੀ ਹੈ ਪਰ ਇੰਨੇ ਦੇ ਵਿੱਚ ਪਿੱਛੋਂ ਇੱਕ ਸ਼ਖਸ ਆਉਂਦਾ ਮੂੰਹ ਬੰਨ ਕੇ ਦਿਖਾਈ ਦਿੰਦਾ ਹੈ। ਪਹਿਲਾਂ ਤਾਂ ਉਹ ਔਰਤਾਂ ਤੋਂ ਅੱਗੇ ਨਿਕਲ ਜਾਂਦਾ ਤੇ ਫਿਰ ਜਿਵੇਂ ਹੀ ਪਿੱਛੇ ਮੁੜਦਾ ਤਾਂ ਚੈਨ ਸਨੈਚ ਕਰਕੇ ਉਸ ਔਰਤ ਦੇ ਗਲ ਦੇ ਵਿੱਚੋਂ ਮੌਕੇ ਤੋਂ ਫਰਾਰ ਹੋ ਜਾਂਦਾ। ਹਾਲਾਂਕਿ ਬਾਈਕ ਦੇ ਉੱਤੇ ਇਹ ਦੋਵੇਂ ਝਪਟਮਾਰ ਆਏ ਸੀ, ਇੱਕ ਨੇ ਆਪਣਾ ਮੂੰਹ ਬੰਨਿਆ ਹੋਇਆ ਕੱਪੜੇ ਨਾਲ ਤੇ ਦੂਸਰੇ ਨੇ ਹੈਲਮਟ ਪਾਇਆ ਹੋਇਆ, ਪਰ ਜੋ ਔਰਤ ਸੜਕ ਦੇ ਉੱਤੇ ਖੜੀ ਹੁੰਦੀ ਹੈ ਉਸਦੇ ਵੱਲੋਂ ਭੱਜ ਕੇ ਫੜਨ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਪਰ ਇਹ ਬਾਈਕ ਦੇ ਉੱਤੇ ਬੈਠ ਕੇ ਫਰਾਰ ਹੋ ਜਾਂਦੇ ਨੇ।